ਸਰਾਇਕੀ ਬਾਸ਼ਿੰਦੇ ਪਾਕਿਸਤਾਨ ਦੇ ਸ਼ੁਮਾਲ ਮਸ਼ਰਕ ਵਿੱਚ ਰਹਿੰਦੇ ਹਨ, ਜਿਹਦੇ ਵਿੱਚ ਸਾਊਥ ਪੰਜਾਬ ਦਾ ਇੱਕ ਕਾਫੀ ਵੱਡਾ ਇਲਾਕਾ ਸ਼ਾਮਿਲ ਹੈ। ਇਹ ਤੋਂ ਇਲਾਵਾ ਨਾਰਥ ਸਿੰਧ, ਸਾਊਥ ਕੇਪੀ, ਈਸਟਰਨ ਬਲੋਚਿਸਤਾਨ ਦੇ ਇਲਾਕੇ ਵੀ ਸ਼ਾਮਿਲ ਹਨ। ਇੰਡੀਆ ਦੇ ਵੀ ਕਾਫੀ ਇਲਾਕਿਆਂ ਵਿੱਚ ਸਰਾਇਕੀ ਜ਼ਬਾਨ ਬੋਲੀ ਵੈਂਦੀ ਹੈ। ਸਰਾਇਕੀ ਸਕਾਫਤ ਕੋ ਅਗਰ ਤਾਰੀਖ ਦੇ ਆਇਨੇ ਵਿੱਚ ਡਿੱਠਾ ਵੰਜੇ ਤਾਂ ਸਰਾਇਕੀ ਸਕਾਫਤ ਕਦੀਮ ਤਰੀਨ ਸਿੰਧੀ ਤਹਿਜ਼ੀਬ ਦੇ ਨਾਲ ਜੁੜੀ ਹੋਈ ਹੈ, ਜਿਹੜੀ ਜੋ ਤਕਰੀਬਨ 40,000 ਸਾਲ ਪੁਰਾਣੀ ਹੈ। ਖਿੱਤੇ ਵਿੱਚ ਮੁਸਲਮਾਨਾਂ ਦੀ ਆਮਦ ਦੇ ਬਾਅਦ ਬਹੁਤ ਤਰੱਕੀ ਥਈ ਔਰ ਇਹ ਖਿੱਤਾ ਇਸਲਾਮ ਦਾ ਮਰਕਜ਼ ਬਣ ਗਿਆ। ਮਜ਼ਹਬੀ ਤੌਰ 'ਤੇ 98% ਸਰਾਇਕੀ ਬੋਲਣ ਵਾਲੇ ਮੁਸਲਮਾਨ ਹਨ, ਜਬਕਿ ਇਹਦੇ ਵਿੱਚ ਮਹਦੂਦ ਤਾਦਾਦ ਹਿੰਦੂ, ਸਿੱਖ ਔਰ ਈਸਾਈ ਮਜ਼ਾਹਿਬ ਦੀ ਵੀ ਸ਼ਾਮਿਲ ਹੈ। ਇਹ ਖਿੱਤਾ ਮਸ਼ਹੂਰ ਸੂਫੀ ਬਜ਼ੁਰਗਾਨ ਦਾ ਮਸਕਨ ਹੈ, ਜਿਹਦੇ ਵਿੱਚ ਮਸ਼ਹੂਰ ਸੂਫੀਆ ਇਕਰਾਮ ਹਜ਼ਰਤ ਬਹਾਉਦੀਨ ਜ਼ਿਕਰੀਆ ਮੁਲਤਾਨੀ ਰਹਿਮਤੁੱਲਾ ਅਲੈਹ ਔਰ ਹਜ਼ਰਤ ਸ਼ਾਹ ਰੁਕਨ ਆਲਮ ਰਹਿਮਤੁੱਲਾ ਅਲੈਹ ਸ਼ਾਮਿਲ ਹਨ। ਇਹ ਤੋਂ ਇਲਾਵਾ ਮਸ਼ਹੂਰ ਸੂਫੀ ਸ਼ਾਇਰ ਬਾਬਾ ਗੁਲਾਮ ਫਰੀਦ ਔਰ ਮੁਹੰਮਦ ਸਲਮਾਨ ਤੌਂਸਵੀ ਦਾ ਤਾਲੁਕ ਵੀ ਹੀ ਖਿੱਤੇ ਨਾਲ ਹੈ। ਕਯਾਮੇ ਪਾਕਿਸਤਾਨ ਦੇ ਬਾਅਦ ਸਰਾਇਕੀ ਅਦਬ ਨੇ ਮੁਆਸ਼ਰੇ ਵਿੱਚ ਬਹੁਤ ਨੁਮਾਇਆ ਮਕਾਮ ਹਾਸਿਲ ਕੀਤਾ। ਈ ਖਿੱਤੇ ਨਾਲ ਤਾਲੁਕ ਰੱਖਣ ਵਾਲੇ ਮਕਾਮੀ ਸੂਫੀ ਸ਼ੋਰਾ ਦਾ ਕਲਾਮ ਬਹੁਤ ਸ਼ੌਕ ਨਾਲ ਸੁਣਿਆ ਵੇਂਦੇ, ਜਿਹਦੇ ਵਿੱਚ ਸੱਚਲ ਸਰਮਸਤ ਸ਼ਾਹ ਅਬਦੁਲ ਲਤੀਫ ਭਿਟਾਈ ਔਰ ਬਾਬਾ ਗੁਲਾਮ ਫਰੀਦ ਸ਼ਾਮਿਲ ਹਨ। ਪੰਜਾਬ ਦੇ ਮੁਤਾਦਿਦ ਇਲਾਕੇ ਮਸਲਨ ਬਹਾਵਲਪੁਰ, ਮੁਲਤਾਨ, ਡੇਰਾ ਗਾਜ਼ੀ ਖਾਨ, ਸਰਗੋਦਾ ਔਰ ਡੇਰਾ ਇਸਮਾਇਲ ਖਾਨ ਦੇ ਲੋਕ ਸਰਾਇਕੀ ਬੋਲਣ ਕੋ ਤਰਜੀਹ ਦਿੰਦੇ ਨੇ। ਸਿੰਧ ਦੇ ਸ਼ੁਮਾਲੀ ਮਸ਼ਰਕੀ ਇਲਾਕੇ ਔਰ ਬਲੋਚਿਸਤਾਨ ਦੇ ਕੁਝ ਇਲਾਕਿਆਂ ਵਿੱਚ ਸਰਾਇਕੀ ਜ਼ਬਾਨ ਸਿੰਧੀ ਤੋਂ ਬਾਅਦ ਦੂਜੀ ਵੱਡੀ ਜ਼ਬਾਨ ਹੈ, ਜੋ ਮਕਾਮੀ ਤੌਰ 'ਤੇ ਬੋਲੀ ਅਤੇ ਸਮਝੀ ਵੈਂਦੀ ਹੈ। ਸਰਾਇਕੀਆਂ ਦੇ ਰਿਵਾਇਤੀ ਖਾਣੇ ਪਾਕਿਸਤਾਨ ਦੇ ਦੂਜੇ ਇਲਾਕਿਆਂ ਦੇ ਖਾਣਿਆਂ ਨਾਲ ਬਹੁ ਮਮਾਸਲਤ ਰੱਖੇਂਦੇ ਨੇ, ਜਬਕਿ ਇਹਨਾਂ ਦੀ ਮਸ਼ਹੂਰ ਰਿਵਾਇਤੀ ਸਬਜ਼ੀ ਸੁਹਾਂਜਣਾ ਹੈ, ਜਿਹੜਾ ਜੋ ਚਿਕਨ ਜਾਂ ਕੀਮੇ ਨਾਲ ਪਕਾ ਅਤੇ ਬਹੁ ਸ਼ੌਕ ਨਾਲ ਖਾਧਾ ਵੈਂਦੇ। ਇਹ ਤੋਂ ਇਲਾਵਾ ਸਰਸੋਂ ਦਾ ਸਾਗ ਅਤੇ ਮਕਈ ਦੀ ਰੋਟੀ ਵੀ ਖਾਸ ਸੌਗਾਤਾਂ ਵਿੱਚ ਸ਼ਾਮਿਲ ਹਨ। ਸੋਨ ਹਲਵਾ ਇੱਥਾਂ ਦੀ ਕਾਫੀ ਮਸ਼ਹੂਰ ਸੌਗਾਤ ਹੈ, ਜਿਹੜਾ ਜੋ ਸ਼ੁਮਾਲੀ ਪੰਜਾਬ ਖਸੂਸਨ ਮੁਲਤਾਨ ਵਿੱਚ ਮਕਬੂਲ ਆਮ ਹੈ। ਸੋਨ ਹਲਵਾ ਦੂਧ, ਚੀਨੀ, ਦੇਸੀ ਘੀ, ਪਿਸਤੇ, ਬਾਦਾਮ ਅਤੇ ਦੀਗਰ ਮੇਵਾ ਜਾਤ ਨਾਲ ਤਿਆਰ ਕੀਤਾ ਵੈਂਦੇ, ਜਿਹੜਾ ਜੋ ਪੂਰੀ ਦੁਨੀਆ ਵਿੱਚ ਕਾਫੀ ਮਸ਼ਹੂਰ ਹੈ। ਸਰਾਇਕੀ ਖਿੱਤੇ ਵਿੱਚ ਮੇਲੇ ਅਤੇ ਤਿਉਹਾਰ ਇਸਲਾਮੀ ਸਾਲ ਦੇ ਮੁਤਾਬਿਕ ਮਨਾਏ ਵੈਂਦੇ ਨੇ, ਜਿਹਦੇ ਵਿੱਚ ਜ਼ਿਆਦਾਤਰ ਸੂਫੀ ਬਜ਼ੁਰਗਾਂ ਦੇ ਉਰਸ ਦੀ ਤਕਰੀਬਾਤ ਸ਼ਾਮਿਲ ਹਨ। ਇਹਨਾਂ ਮੇਲਿਆਂ ਵਿੱਚ ਮਵੇਸ਼ੀਆਂ ਦਾ ਮੁਕਾਬਲਾ, ਘੋੜਿਆਂ ਦੀ ਦੌੜ, ਦੰਗਲ ਔਰ ਮੁਤਾਦਿਦ ਰਿਵਾਇਤੀ ਖੇਲ ਸ਼ਾਮਿਲ ਹਨ। ਸਰਾਇਕੀਆਂ ਦਾ ਰਿਵਾਇਤੀ ਲਿਬਾਸ ਸ਼ਲਵਾਰ ਕਮੀਜ਼ ਹੈ, ਜਿਹੜਾ ਜੋ ਪਾਕਿਸਤਾਨ ਦਾ ਕੌਮੀ ਲਿਬਾਸ ਵੀ ਹੈ। ਰਿਵਾਇਤੀ ਖੇਡਾਂ ਵਿੱਚ ਗੁੱਲੀ ਡੰਡਾ, ਪਿੱਠੂ ਗਰਾਮ, ਬਾਂਦਰ ਕਿਲਾ ਅਤੇ ਕਬੱਡੀ ਕਾਫੀ ਮਸ਼ਹੂਰ ਹਨ।